ਸਾਡਾ ਗੱਠਜੋੜ ਹੈ, ਲੇਕਿਨ ਜੇ ਸਾਡੇ ਗੁਰਦਾਮਾ ਦਾ ਕੋਈ ਅਪਮਾਨ ਕਰੇਗਾ ਜਾਂ ਗੁਰਦਾਮਾ ਜੀ ਕੋਈ ਹਲੰਦਾਜੀ ਕਰੇਗਾ, ਉਹ ਤੇ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਦੇ। ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਵਰਕਰ ਨੂੰ ਲਾਮਬੰਦ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਪ੍ਰਧਾਨ ਬੀਬੀ ਜਗੀਰ ਕੌਰ ਨੇ ਮਨਜੀਤ ਸਿੰਘ ਸਿਰਸਾ ਦੇ ਉਸ ਬਿਆਨ ਨੂੰ ਸਹੀ ਠਹਿਰਾਇਆ ਜਿਸ ਵਿੱਚ ਉਨ੍ਹਾਂ ਨੇ ਭਾਜਪਾ ਤੇ ਆਰਐਸਐਸ ਨੂੰ ਸਿੱਖ ਗੁਰੂ ਧਾਮਾਂ ਦੇ ਵਿੱਚ ਆਪਣੀ ਦਖਲਅੰਦਾਜ਼ੀ ਬੰਦ ਕਰਨ ਦੀ ਗੱਲ ਕਹੀ ਹੈ। ਬੀਬੀ ਜਗੀਰ ਕੌਰ ਨੇ ਇਸ ਮੌਕੇ ਤੇ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਆੜੇ ਹੱਥ ਲਿਆ। ਲੋਕ ਸਭਾ ਚੋਣਾਂ ਨੂੰ ਲੈ ਪੰਜਾਬ ਵਿੱਚ ਹਰ ਰਾਜਨੀਤਿਕ ਪਾਰਟੀ ਆਪਣੀ ਜੱਦੋਜਹਿਦ ਵਿੱਚ ਲੱਗੀ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਪ੍ਰਧਾਨ ਬੀਬੀ ਜਗੀਰ ਕੌਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਦੌਰਾ ਕੀਤਾ। ਦੱਸ ਦੇ ਕਿ ਇਸ ਮੌਕੇ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਤੇ ਕਈ ਸ਼ਬਦੀ ਹਮਲੇ ਵੀ ਕੀਤੇ। ਇਹ ਗੱਲ ਇਹ ਹੈ ਵੀ ਪਹਿਲਾਂ ਕਹਿੰਦੇ ਨਸ਼ਾ ਬੜਾ ਪੀਂਦਾ ਅਤੇ ਉਹਨੂੰ ਕਰ ਦਿੱਤਾ ਸੀਗਾ, ਹੁਣ ਉਹ ਕਹਿੰਦੇ ਆ ਜੀ ਇਹਨੇ ਸਟੇਜ 'ਤੇ ਖਲੋ ਕੇ ਸਹੁੰ ਖਾ ਲਈ ਹੈ, ਇਹਨੇ ਬੇਬੇ ਆਪਣੀ ਦੇ ਕਹਿਣ ਦੇ ਉੱਤੇ ਕਹਿ ਦਿੱਤਾ ਕਿ ਮੈਂ ਨਸ਼ਾ ਛੱਡ ਦਿੱਤਾ ਅਤੇ ਹੁਣ ਇਹ ਦੁੱਧ ਨਾਲ ਧੋਤਾ ਗਿਆ, ਸਰਫ ਨਾਲ ਸਾਫ਼ ਹੋ ਗਿਆ, ਇਸ ਕਰਕੇ ਮੁਰਗੇ ਪ੍ਰਧਾਨ ਬਣਾ ਦਿੱਤਾ। ਜਿਹੜੇ ਬੰਦੇ ਪਹਿਲਾਂ ਹੀ ਲੋਕਾਂ ਨੇ ਕੰਡਮ ਕੀਤਾ ਉਹ ਮੁਰਗੇ ਕੌਣ ਪ੍ਰਵਾਨ ਕਰਦਾ। ਲੋਕਾਂ ਨੇ ਬਹੁਤ ਇਸ ਕਰਕੇ ਕਿੰਤੂ ਕੀਤਾ, ਉਹਨੂੰ ਲੋਕਾਂ ਨੇ ਬੜਾ ਮਾੜਾ ਕਿਹਾ ਸੀਗਾ ਕਿ ਜਿਹੜੇ ਕੀਤੇ ਕੰਮਾਂ ਨੂੰ ਬੰਦ ਕਿਉਂ ਕੀਤਾ, ਸਾਰੇ ਕੰਮ ਇਹਨੇ ਬੰਦ ਕੀਤੇ ਜੀ, ਜਿੰਨੇ ਕੰਮ ਸੀ ਉਹ ਬੰਦ ਕੀਤੇ ਸੀਗੇ ਅਤੇ ਦੁਬਾਰਾ ਇਸ ਕਰਕੇ ਚਲਾ ਕਿ ਲੋਕਾਂ ਦਾ ਪ੍ਰੈਸ਼ਰ ਹੈ। ਲੋਕਾਂ ਨੇ ਕਿਹਾ ਕਿ ਜਿਹੜੇ ਸਾਨੂੰ ਸਹੂਲਤਾਂ ਮਿਲੀਆਂ ਸੀ ਉਹ ਤਾਂ ਕਮ ਸੇ ਕਮ ਇੱਕ ਇੱਕ ਕਰਕੇ ਚਲਾ ਦਿਉ, ਇਸ ਕਰਕੇ ਦੁਬਾਰਾ ਚਲਾਉਣੀਆਂ ਪਈਆਂ। ਇਹਦਾ ਮਤਲਬ ਕਿ ਇਹ ਪੋਲਿਸੀ ਠੀਕ ਸੀ, ਲੋਕਾਂ ਵਿੱਚ ਬੱਸਾਂ ਦੇਣੀਆਂ ਪੋਲਿਸੀ ਠੀਕ ਸੀ। ਬੜੇ ਦੁੱਖ ਦੀ ਗੱਲ ਹੈ ਜੀ ਕਿ ਇੱਕ ਭਰੀ ਸਭਾ ਦੇ ਵਿੱਚ ਪੂਰੇ ਅਫਸਰਾਂ ਦੇ ਵਿੱਚ ਇੱਕ ਮੰਤਰੀ ਇੱਕ ਔਰਤ ਨੂੰ ਖੜੇ ਕਰਕੇ ਉਹਦੀ ਇੰਨਾ ਅਪਮਾਨ ਕਰ ਰਿਹਾ ਕਿ ਜਿਹੜੀ ਉਹ ਸੌਰੀ ਸੌਰੀ ਕਹੀ ਜਾਂਦੀ ਹੈ ਅਤੇ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ, ਔਰ ਕਹਿੰਦਾ ਬਾਹਰ ਨਿਕਲ ਜਾ ਇੱਥੋਂ। ਉਹਨੇ ਕਿਹਾ ਵੀ ਕਿ ਮੈਨੂੰ 1 ਵਜੇ ਦਾ ਮੈਸੇਜ ਮਿਲਿਆ ਸੀ, ਮੈਂ 1 ਵਜੇ ਆਈ ਹਾਂ, ਅਤੇ ਜੇ ਕੋਈ ਤੁਹਾਨੂੰ ਲੱਗਦਾ ਵੀ ਸੀ ਕਿ ਮਾੜੀ ਮੋਟੀ ਉਹ ਲੇਟ ਹੈ ਤਾਂ ਤੁਸੀਂ ਬੁਲਾ ਕੇ ਕਹਿ ਦਿਓ ਬੀਬਾ ਟਾਈਮ ਸਿਰ ਆਇਆ ਕਰੋ। ਇਹ ਇਸ ਤਰ੍ਹਾਂ ਜਨਤਕ ਤੌਰ ਦੇ ਉੱਤੇ ਕਿਸੇ ਔਰਤ ਨੂੰ ਅਪਮਾਨ ਕਰਨਾ ਔਰ ਖਾਸ ਕਰਕੇ ਇੱਕ ਅਫਸਰ ਔਰਤ ਨੂੰ ਲੋਕਾਂ ਦੇ ਵਿੱਚ ਅਪਮਾਨ ਕਰਨਾ ਬਹੁਤ ਮਾੜੀ ਆਦਤ ਹੈ। 1956 ਦਾ ਐਕਟ ਹੈ ਜੀ, 1 11 ਧਾਰਾ ਦੇ ਵਿੱਚ 1956 ਦਾ ਐਕਟ ਬਣਿਆ 11 ਧਾਰਾ, ਉਹਦੇ ਵਿੱਚ ਸੋਧ ਕਰਨਾ ਚਾਹੁੰਦੇ ਹੈ ਕਿ ਕੋਈ ਜਿਹੜੇ ਮਹਾਰਾਸ਼ਟਰ ਦੇ ਗੁਰਦੁਆਰੇ ਜਿੱਦਾਂ ਹਜ਼ੂਰ ਸਾਹਿਬ ਵਗੈਰਾ ਜਾਂ ਕਿੱਦਾਂ ਉੱਥੇ ਦੇ ਜਿਹੜੇ ਪ੍ਰਧਾਨ ਹੈ ਇਹ ਗੌਰਮੈਂਟ ਜਿਹੜੀ ਹੈ ਉਹ ਅਪੁਆਇੰਟ ਕਰ ਸਕਦੀ ਹੈ, ਜੇ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਕਿਸੇ ਸਰਕਾਰ ਦਾ ਕੰਮ ਹੈ, ਕਿਸੇ ਗੁਰਦੁਆਰਿਆਂ ਗੁਰਧਾਮਾਂ ਦੇ ਵਿੱਚ ਦਖਲਅੰਦਾਜ਼ੀ ਕਰਨਾ ਸਰਕਾਰ ਦਾ ਕੋਈ ਕੰਮ ਨਹੀਂ, ਕਿਸੇ ਪਾਰਟੀ ਦਾ ਕੋਈ ਕੰਮ ਨਹੀਂ। ਇਹ ਤਾਂ ਲੋਕ ਚੁਣ ਕੇ ਭੇਜਦੇ ਆ, ਬੋਰਡ ਬਣਿਆ ਹੋਇਆ ਉੱਥੇ, ਬੋਰਡ ਦੇ ਮੈਂਬਰ ਉਹਦੀ ਚੋਣ ਕਰਨ ਪ੍ਰਧਾਨ ਦੀ, ਸਰਕਾਰ ਕੌਣ ਹੁੰਦੀ ਹੈ ਸਾਡੇ ਵਿੱਚ ਦਖਲਅੰਦਾਜ਼ੀ ਕਰਨ ਵਾਲੀ? ਨਹੀਂ, ਆਰਐਸਐਸ ਦੇ ਉਹ ਕੌਣ ਹੁੰਦੀ ਸਾਡੇ ਗੁਰਦੁਆਰੇ 'ਚ ਗੱਲ ਕਰਨ ਵਾਲੀ? ਆਰਐਸਐਸ ਆਪਣਾ ਸਾਂਭੇ, ਉਹ ਆਪਣੇ ਭਗਵਾਂ ਕਾਰਨ ਜੋ ਮਰਜ਼ੀ ਕਰੀ ਜਾਣ, ਆਪਣੇ ਜੋ ਮਰਜ਼ੀ ਆਪਣੀ ਹਿੰਦੂਤਵ ਨੂੰ ਜੋ ਮਰਜ਼ੀ ਕਰਨ, ਪਰ ਸਿੱਖ ਕੌਮ ਦੇ ਧਾਰਮਿਕ ਅਦਾਰਿਆਂ ਵਿੱਚ, ਧਾਰਮਿਕ ਗੁਰਮਤ ਵਿੱਚ ਜਾਂ ਸਾਡੀ ਰਹਿਤ ਮਰਿਆਦਾ ਵਿੱਚ ਕੋਈ ਕਿਸੇ ਕਿਸਮ ਦੀ ਬਰਦਾਸ਼ਤ ਨਹੀਂ ਅਸੀਂ ਕਰਾਂਗੇ। ਉਹ ਭਾਜਪਾ ਦੇ ਨਾਲ ਸਾਡਾ ਗੱਠਜੋੜ ਹੈ, ਲੇਕਿਨ ਜੇ ਸਾਡੇ ਗੁਰਦਾਮਾ ਦਾ ਕੋਈ ਅਪਮਾਨ ਕਰੇਗਾ ਜਾਂ ਗੁਰਦਾਮਾ ਜੀ ਕੋਈ ਦਖਲਅੰਦਾਜ਼ੀ ਕਰੇਗਾ, ਉਹ ਤਾਂ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ। ਬਿਊਰੋ ਰਿਪੋਰਟ, ਦਾ ਟੀਵੀ, ਐਨ ਆਰ ਆਈ।